ਦੇਖੋ ਇਹ ਇੱਕ ਬੱਚਾ ਜਿਹੜਾ ਇਸੇ ਪਿੰਡ ਦਾ ਸੀ ਉਹ ਬੋਰਵੈਲ ਵਿੱਚ ਗਿਰ ਗਿਆ ਅਤੇ ਅਰਾਊਂਡ 5 ਤੋਂ 6 ਸਾਲ ਦੀ ਉਮਰ ਉਹਦੀ ਦੱਸੀ ਜਾਂਦੀ ਹੈਗੀ ਅਤੇ ਅਰਾਊਂਡ ਜਿਹੜਾ ਬੋਰਵੈਲ ਦੀ ਜਿਹੜੀ ਡੂੰਘਾਈ ਜਿਹੜੀ ਹੈਗੀ ਹੈ ਉਹ 85 ਤੋਂ 100 ਫੁੱਟ ਤੱਕ ਦੱਸੀ ਜਾਂਦੀ ਹੈ। ਸੋ NDRF ਦੀ ਟੀਮ ਪਹੁੰਚ ਗਈ ਹੈ, ਜਿਹੜੀ ਨੀਅਰੈਸਟ ਆਰਮੀ ਦੀ ਟੀਮ ਪਹੁੰਚ ਗਈ ਹੈ, ਲੇਕਿਨ ਕਿਉਂਕਿ ਪੋਜੀਸ਼ਨ ਇੱਦਾਂ ਦੀ ਹੈ ਇਹਦੀ, ਸੋ ਇੱਕ ਜਿਹੜੀ ਟੀਮ ਜਿਹੜੀ ਰੈਕੁਜੀਸ਼ਨ ਕੀਤੀ ਗਈ ਆਰਮੀ ਦੀ ਇੰਜੀਨੀਅਰ ਜਲੰਧਰ ਤੋਂ, ਸੋ ਉਹ ਟੀਮ ਤੁਰੀ ਹੋਈ ਹੈ, ਉਹਨਾਂ ਨਾਲ ਇਹਨਾਂ ਦੀ ਗੱਲਬਾਤ ਕਰਾ ਦਿੱਤੀ ਗਈ ਹੈ। ਸਾਡੀ ਪੂਰੀ ਕੋਸ਼ਿਸ਼ ਹੈ ਵੀ ਇਹ ਬੱਚੇ ਨੂੰ ਕਿਸੇ ਤਰੀਕੇ ਨਾਲ ਐਵੈਕੂਏਟ ਕਰੀਏ। ਸਰ ਬੱਚਾ ਇੱਥੇ ਖੇਡ ਰਿਹਾ ਸੀ, ਕੀ ਕਰ ਰਿਹਾ ਸੀ ਬੱਚਾ? ਦੱਸਿਆ ਤਾਂ ਇਹੀ ਕਿਹਾ ਹੈਗਾ ਕਿ ਬੱਚਾ ਇੱਥੇ ਖੇਡ ਰਿਹਾ ਸੀਗਾ ਤੇ ਉਹ ਜਿਹੜਾ ਉੱਤੇ ਬੋਰਵੈਲ ਦੇ ਉੱਤੇ ਜਿਹੜਾ ਟਾਟ ਲਗਾਇਆ ਹੋਇਆ ਸੀ ਉਹਦੀ ਕੋਈ ਹਾਲਤ ਸਹੀ ਨਹੀਂ ਸੀਗੀ ਤੇ ਉਹ ਬੱਚਾ ਹੁਣ ਇਹ ਤਾਂ ਉਹਦੇ ਦਿਮਾਗ 'ਚ ਕੀ ਆਇਆ ਇਸ ਵੇਲੇ, ਇਹ ਤਾਂ ਹੁਣ ਹਾਲਾਤ ਉਸ ਵੇਲੇ ਦੇ ਕੀ ਸੀਗੇ ਇਹਦੇ ਬਾਰੇ ਹਜੇ ਦੱਸਿਆ ਨਹੀਂ ਜਾ ਸਕਦਾ। ਸੋ ਇਦਾਂ ਦੀ ਸਿਚੁਏਸ਼ਨ ਹੈ, ਸੋ ਸਾਡੀ ਪੂਰੀ ਕੋਸ਼ਿਸ਼ ਹੈ ਵੀ ਇਹ ਬੱਚੇ ਦੀ ਅਸੀਂ ਉਮਰ ਕਿੰਨੀ ਹੈ ਸਰ ਬੱਚੇ? 5 ਸਾਲ ਦੱਸੀ ਜਾਂਦੀ। ਜਿਹੜੇ ਇੱਦਾਂ ਦੇ ਬੋਰਵੈਲ ਜਿਹੜੇ ਖੁੱਲ੍ਹੇ ਛੱਡੇ ਜਾਂਦੇ ਆ, ਆਏ ਦਿਨ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ, ਉਹਦੇ 'ਤੇ ਪ੍ਰਸ਼ਾਸਨ ਕੀ ਨਜ਼ਰ ਕਰ ਸਕਦਾ? ਦੇਖੋ ਪਿੱਛੇ ਜੇ ਅੱਜ ਤੋਂ 2-3 ਸਾਲ ਪਹਿਲਾਂ ਇਹੋ ਜਿਹਾ ਇੰਸੀਡੈਂਟ ਸੰਗਰੂਰ ਡਿਸਟ੍ਰਿਕਟ 'ਚ ਵੀ ਹੋਇਆ ਸੀ, ਉਦੋਂ ਇਸ ਗੱਲ ਨੂੰ ਲੈ ਕੇ ਸਾਰੇ ਬੋਰ ਜਿਹੜੇ ਇੰਸ਼ੋਰ ਕੀਤਾ ਗਿਆ ਸੀਗਾ ਵੀ ਜ਼ਿਲ੍ਹਿਆਂ ਦੇ ਵਿੱਚ ਸਾਰੇ ਬੋਰ ਜਿਹੜੇ ਸੀਲ ਹੋਣਗੇ। ਦੇਖੋ ਇਹ ਇੱਕ ਬੱਚਾ ਜਿਹੜਾ ਇਸੇ ਪਿੰਡ ਦਾ ਸੀ ਉਹ ਬੋਰਵੈਲ ਵਿੱਚ ਗਿਰ ਗਿਆ ਅਤੇ ਅਰਾਊਂਡ 5 ਤੋਂ 6 ਸਾਲ ਦੀ ਉਮਰ ਉਹਦੀ ਦੱਸੀ ਜਾਂਦੀ ਹੈਗੀ ਅਤੇ ਅਰਾਊਂਡ ਜਿਹੜਾ ਬੋਰਵੈਲ ਦੀ ਜਿਹੜੀ ਡੂੰਘਾਈ ਜਿਹੜੀ ਹੈਗੀ ਹੈ ਉਹ 85 ਤੋਂ 100 ਫੁੱਟ ਤੱਕ ਦੱਸੀ ਜਾਂਦੀ ਹੈ। ਸੋ NDRF ਦੀ ਟੀਮ ਪਹੁੰਚ ਗਈ ਹੈ, ਜਿਹੜੀ ਨੀਅਰੈਸਟ ਆਰਮੀ ਦੀ ਟੀਮ ਪਹੁੰਚ ਗਈ ਹੈ, ਲੇਕਿਨ ਕਿਉਂਕਿ ਪੋਜੀਸ਼ਨ ਇੱਦਾਂ ਦੀ ਹੈ ਇਹਦੀ, ਸੋ ਇੱਕ ਜਿਹੜੀ ਟੀਮ ਜਿਹੜੀ ਰੈਕੁਜੀਸ਼ਨ ਕੀਤੀ ਗਈ ਆਰਮੀ ਦੀ ਇੰਜੀਨੀਅਰ ਜਲੰਧਰ ਤੋਂ, ਸੋ ਉਹ ਟੀਮ ਤੁਰੀ ਹੋਈ ਹੈ, ਉਹਨਾਂ ਨਾਲ ਇਹਨਾਂ ਦੀ ਗੱਲਬਾਤ ਕਰਾ ਦਿੱਤੀ ਗਈ ਹੈ। ਸਾਡੀ ਪੂਰੀ ਕੋਸ਼ਿਸ਼ ਹੈ ਵੀ ਇਹ ਬੱਚੇ ਨੂੰ ਕਿਸੇ ਤਰੀਕੇ ਨਾਲ ਐਵੈਕੂਏਟ ਕਰੀਏ। ਸਰ ਬੱਚਾ ਇੱਥੇ ਖੇਡ ਰਿਹਾ ਸੀ, ਕੀ ਕਰ ਰਿਹਾ ਸੀ ਬੱਚਾ? ਦੱਸਿਆ ਤਾਂ ਇਹੀ ਕਿਹਾ ਹੈਗਾ ਕਿ ਬੱਚਾ ਇੱਥੇ ਖੇਡ ਰਿਹਾ ਸੀਗਾ ਅਤੇ ਉਹ ਜਿਹੜਾ ਉੱਤੇ ਬੋਰਵੈਲ ਦੇ ਉੱਤੇ ਜਿਹੜਾ ਟਾਟ ਲਗਾਇਆ ਹੋਇਆ ਸੀ ਉਹਦੀ ਕੋਈ ਹਾਲਤ ਸਹੀ ਨਹੀਂ ਸੀਗੀ ਅਤੇ ਉਹ ਬੱਚਾ ਹੁਣ ਇਹ ਤਾਂ ਉਹਦੇ ਦਿਮਾਗ 'ਚ ਕੀ ਆਇਆ ਇਸ ਵੇਲੇ, ਇਹ ਤਾਂ ਹੁਣ ਹਾਲਾਤ ਉਸ ਵੇਲੇ ਦੇ ਕੀ ਸੀਗੇ ਇਹਦੇ ਬਾਰੇ ਹਜੇ ਦੱਸਿਆ ਨਹੀਂ ਜਾ ਸਕਦਾ। ਸੋ ਇੱਦਾਂ ਦੀ ਸਿਚੁਏਸ਼ਨ ਹੈ, ਸੋ ਸਾਡੀ ਪੂਰੀ ਕੋਸ਼ਿਸ਼ ਹੈ ਵੀ ਇਹ ਬੱਚੇ ਦੀ ਅਸੀਂ ਉਮਰ ਕਿੰਨੀ ਹੈ ਸਰ ਬੱਚੇ? 5 ਸਾਲ ਦੱਸੀ ਜਾਂਦੀ। ਜਿਹੜੇ ਇੱਦਾਂ ਦੇ ਬੋਰਵੈਲ ਜਿਹੜੇ ਖੁੱਲ੍ਹੇ ਛੱਡੇ ਜਾਂਦੇ ਆ, ਆਏ ਦਿਨ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ, ਉਹਦੇ 'ਤੇ ਪ੍ਰਸ਼ਾਸਨ ਕੀ ਨਜ਼ਰ ਕਰ ਸਕਦਾ? ਦੇਖੋ ਪਿੱਛੇ ਜੇ ਅੱਜ ਤੋਂ 2-3 ਸਾਲ ਪਹਿਲਾਂ ਇਹੋ ਜਿਹਾ ਇੰਸੀਡੈਂਟ ਸੰਗਰੂਰ ਡਿਸਟ੍ਰਿਕਟ 'ਚ ਵੀ ਹੋਇਆ ਸੀ, ਉਦੋਂ ਇਸ ਗੱਲ ਨੂੰ ਲੈ ਕੇ ਸਾਰੇ ਬੋਰ ਜਿਹੜੇ ਇੰਸ਼ੋਰ ਕੀਤਾ ਗਿਆ ਸੀਗਾ ਵੀ ਜ਼ਿਲ੍ਹਿਆਂ ਦੇ ਵਿੱਚ ਸਾਰੇ ਬੋਰ ਜਿਹੜੇ ਸੀਲ ਹੋਣਗੇ। ਦੇਖੋ ਇਹ ਇੱਕ ਬੱਚਾ ਜਿਹੜਾ ਇਸੇ ਪਿੰਡ ਦਾ ਸੀ ਉਹ ਬੋਰਵੈਲ ਵਿੱਚ ਗਿਰ ਗਿਆ ਅਤੇ ਅਰਾਊਂਡ 5 ਤੋਂ 6 ਸਾਲ ਦੀ ਉਮਰ ਉਹਦੀ ਦੱਸੀ ਜਾਂਦੀ ਹੈਗੀ ਅਤੇ ਅਰਾਊਂਡ ਜਿਹੜਾ ਬੋਰਵੈਲ ਦੀ ਜਿਹੜੀ ਡੂੰਘਾਈ ਜਿਹੜੀ ਹੈਗੀ ਹੈ ਉਹ 85 ਤੋਂ 100 ਫੁੱਟ ਤੱਕ ਦੱਸੀ ਜਾਂਦੀ ਹੈ। ਸੋ NDRF ਦੀ ਟੀਮ ਪਹੁੰਚ ਗਈ ਹੈ, ਜਿਹੜੀ ਨੀਅਰੈਸਟ ਆਰਮੀ ਦੀ ਟੀਮ ਪਹੁੰਚ ਗਈ ਹੈ, ਲੇਕਿਨ ਕਿਉਂਕਿ ਪੋਜੀਸ਼ਨ ਇੱਦਾਂ ਦੀ ਹੈ ਇਹਦੀ, ਸੋ ਇੱਕ ਜਿਹੜੀ ਟੀਮ ਜਿਹੜੀ ਰੈਕੁਜੀਸ਼ਨ ਕੀਤੀ ਗਈ ਆਰਮੀ ਦੀ ਇੰਜੀਨੀਅਰ ਜਲੰਧਰ ਤੋਂ, ਸੋ ਉਹ ਟੀਮ ਤੁਰੀ ਹੋਈ ਹੈ, ਉਹਨਾਂ ਨਾਲ ਇਹਨਾਂ ਦੀ ਗੱਲਬਾਤ ਕਰਾ ਦਿੱਤੀ ਗਈ ਹੈ। ਸਾਡੀ ਪੂਰੀ ਕੋਸ਼ਿਸ਼ ਹੈ ਵੀ ਇਹ ਬੱਚੇ ਨੂੰ ਕਿਸੇ ਤਰੀਕੇ ਨਾਲ ਐਵੈਕੂਏਟ ਕਰੀਏ। ਸਰ ਬੱਚਾ ਇੱਥੇ ਖੇਡ ਰਿਹਾ ਸੀ, ਕੀ ਕਰ ਰਿਹਾ ਸੀ ਬੱਚਾ? ਦੱਸਿਆ ਤਾਂ ਇਹੀ ਕਿਹਾ ਹੈਗਾ ਕਿ ਬੱਚਾ ਇੱਥੇ ਖੇਡ ਰਿਹਾ ਸੀਗਾ ਅਤੇ ਉਹ ਜਿਹੜਾ ਉੱਤੇ ਬੋਰਵੈਲ ਦੇ ਉੱਤੇ ਜਿਹੜਾ ਟਾਟ ਲਗਾਇਆ ਹੋਇਆ ਸੀ ਉਹਦੀ ਕੋਈ ਹਾਲਤ ਸਹੀ ਨਹੀਂ ਸੀਗੀ ਅਤੇ ਉਹ ਬੱਚਾ ਹੁਣ ਇਹ ਤਾਂ ਉਹਦੇ ਦਿਮਾਗ 'ਚ ਕੀ ਆਇਆ ਇਸ ਵੇਲੇ, ਇਹ ਤਾਂ ਹੁਣ ਹਾਲਾਤ ਉਸ ਵੇਲੇ ਦੇ ਕੀ ਸੀਗੇ ਇਹਦੇ ਬਾਰੇ ਹਜੇ ਦੱਸਿਆ ਨਹੀਂ ਜਾ ਸਕਦਾ। ਸੋ ਇੱਦਾਂ ਦੀ ਸਿਚੁਏਸ਼ਨ ਹੈ, ਸੋ ਸਾਡੀ ਪੂਰੀ ਕੋਸ਼ਿਸ਼ ਹੈ ਵੀ ਇਹ ਬੱਚੇ ਦੀ ਅਸੀਂ ਉਮਰ ਕਿੰਨੀ ਹੈ ਸਰ ਬੱਚੇ? 5 ਸਾਲ ਦੱਸੀ ਜਾਂਦੀ। ਜਿਹੜੇ ਇੱਦਾਂ ਦੇ ਬੋਰਵੈਲ ਜਿਹੜੇ ਖੁੱਲ੍ਹੇ ਛੱਡੇ ਜਾਂਦੇ ਆ, ਆਏ ਦਿਨ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ, ਉਹਦੇ 'ਤੇ ਪ੍ਰਸ਼ਾਸਨ ਕੀ ਨਜ਼ਰ ਕਰ ਸਕਦਾ? ਦੇਖੋ ਪਿੱਛੇ ਜੇ ਅੱਜ ਤੋਂ 2-3 ਸਾਲ ਪਹਿਲਾਂ ਇਹੋ ਜਿਹਾ ਇੰਸੀਡੈਂਟ ਸੰਗਰੂਰ ਡਿਸਟ੍ਰਿਕਟ 'ਚ ਵੀ ਹੋਇਆ ਸੀ, ਉਦੋਂ ਇਸ ਗੱਲ ਨੂੰ ਲੈ ਕੇ ਸਾਰੇ ਬੋਰ ਜਿਹੜੇ ਇੰਸ਼ੋਰ ਕੀਤਾ ਗਿਆ ਸੀਗਾ ਵੀ ਜ਼ਿਲ੍ਹਿਆਂ ਦੇ ਵਿੱਚ ਸਾਰੇ ਬੋਰ ਜਿਹੜੇ ਸੀਲ ਹੋਣਗੇ।